ਸਾਨੂੰ 20 ਸਾਲ ਹੋ ਗਏ ਘੱਟੋ ਘੱਟ ਦੇਖਦੇ ਤਕਰੀਬਨ ਅਕਾਲੀ ਸਰਕਾਰ ਵੀ ਆਈ ਕਾਂਗਰਸ ਸਰਕਾਰ ਵੀ ਆਈ ਹੈ ਕਿਸੇ ਨੇ ਵੀ ਇਹਦੇ ਬਾਰੇ ਨਹੀਂ ਸੋਚਿਆ ਹੁਣ ਸਾਡੀ ਸਰਕਾਰ ਆਈ ਨੂੰ 7 ਮਹੀਨੇ ਹੋ ਗਏ ਅਸੀਂ ਸਰਦਾਰ ਬਲਕਾਰ ਸਿੰਘ MLA ਹਲਕਾ ਕਰਤਾਰਪੁਰ ਦੇ MLA ਸਾਹਿਬ ਅਸੀਂ ਉਹਨਾਂ ਦੇ ਧਿਆਨ ਵਿੱਚ ਵੀ ਇਹ ਦਿੱਤਾ ਮਾਮਲਾ ਸਾਰਾ ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਕਿ ਇਹ ਜਲਦ ਤੋਂ ਜਲਦ ਸੜਕ ਬਣੇਗੀ ਤੇ ਅਸੀਂ ਵਾਕਿਆ ਸਹੀ ਗੱਲ ਆ ਆਮ ਆਦਮੀ ਪਾਰਟੀ ਦਾ ਸਾਡਾ ਇੱਕ ਭਰੋਸਾ ਹੀ ਹੋ ਗਿਆ ਅਸੀਂ ਆਮ ਆਦਮੀ ਪਾਰਟੀ ਦਾ ਸਾਡਾ ਪੂਰਾ ਭਰੋਸਾ ਕਿ ਵਾਕਿਆ ਹੀ ਸਰਕਾਰ ਸਾਡੀ ਨੇ ਇਹ ਜੋ ਸਾਡੇ ਸਰਦਾਰ ਬਲਕਾਰ ਸਿੰਘ ਨੇ ਵਿਸ਼ਵਾਸ ਦਿੱਤਾ ਆ ਉਹਨੂੰ ਪੂਰਾ ਕਰਕੇ ਦਿਖਾਉਣਗੇ ਤੇ ਸੈਂਟਰ ਸਰਕਾਰ ਦੀ ਜਿਹੜੀ ਇਹ ਸਕੀਮ ਆ ਪੰਜਾਬ ਸਰਕਾਰ ਇਹਨਾਂ ਦੇ ਨਾਲ ਰਲ ਕੇ ਇਹ ਕੰਮ ਕਰੂਗੀ ਹੁਣ ਤਕਰੀਬਨ 10 ਕਰੋੜ ਰੁਪਇਆ ਇਹਦਾ ਮੇਰੇ ਹਿਸਾਬ ਦੇ ਨਾਲ ਇਹਦਾ ਆ ਚੁੱਕਾ ਖੜਿਆ ਤੇ 10 ਦਿਨ ਹੋ ਵੀ ਗਏ ਵੀ ਕੰਮ ਵੀ ਬੰਦ ਹੋਏ ਨੇ ਇਹਦਾ ਪਿੱਛੇ ਪੈਪ ਪੂਰੇ ਪੈਣਗੇ ਤੇ ਫਿਰ ਇਹ ਸੜਕ ਬਣੂਗੀ ਠੀਕ ਹੈ ਔਰ ਸਰਦਾਰ ਬਲਕਾਰ ਸਿੰਘ ਨੇ ਇਹਦਾ ਵਿਸ਼ਵਾਸ ਪੂਰਾ ਦਵਾਇਆ ਕਿ ਇਹ ਸੜਕ ਅਵਸ਼ ਬਣੂਗੀ ਪੱਕਾ ਬਣੂਗੀ ਔਰ ਆਮ ਆਦਮੀ ਪਾਰਟੀ ਨੂੰ ਹੁਣ ਮੌਕਾ ਮਿਲਿਆ ਆਮ ਆਦਮੀ ਪਾਰਟੀ ਪੂਰੇ ਵਿਕਾਸ ਦੇ ਕੰਮ ਕਰੂਗੀ ਜੈ ਮੀ ਜੈ ਭਾਰਤ ਸਰ ਜਦੋਂ ਮੀਂਹ ਆਉਂਦਾ ਹੈ ਤੇ ਉਸ ਵਕਤ ਹਾਲਾਤ ਕਿੰਨੇ ਬਦ ਤੋਂ ਬਦਤਰ ਹੋ ਜਾਂਦੇ ਹੁੰਦੇ ਕਿਸੇ ਤਰ੍ਹਾਂ ਦੇ ਦੁਰਘਟਨਾ ਤਾਂ ਨਹੀਂ ਵਾਪਰੀ ਆਸ ਪਾਸ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਦਰਸ਼ਨ ਜਾਮ ਹੋ ਜਾਂਦੀ ਹੈ ਦੁਰਘਟਨਾ ਦੀ ਜਿਹੜੀ ਗੱਲ ਕਰੀ ਆਪਾਂ ਇੱਥੇ ਕਾਫੀ ਲੰਬੇ ਸਮੇਂ ਤੋਂ ਦੁਰਘਟਨਾ ਹੁੰਦੀਆਂ ਪਈਆਂ ਆ ਪਿੱਛੇ ਜੇ ਵੀ ਅੱਜ ਤੋਂ ਕੋਈ 15-20 ਦਿਨ ਪਹਿਲਾਂ ਗੱਡੀ ਪਲਟ ਗਈ ਸੀ ਤੇ ਚਲੋ ਬਚਾਅ ਹੋ ਗਿਆ ਤੇ ਦੁਰਘਟਨਾ ਤਾਂ ਹੁੰਦੀਆਂ ਪਰ ਪਿਛਲੀਆਂ ਸਰਕਾਰਾਂ ਨੇ ਨਹੀਂ ਸੋਚਿਆ ਲੰਬੇ ਸਮੇਂ ਤੋਂ ਜਿਹੜੀ ਆ ਸਰਕਾਰਾਂ ਨੇ ਅਕਾਲੀ ਦਲ ਨੇ ਤੇ ਕਾਂਗਰਸ ਨੇ ਸੋਚਿਆ ਲੇਕਿਨ ਹੁਣ ਆਮ ਆਦਮੀ ਪਾਰਟੀ ਇਸ ਦੇ ਅਧੀਨ ਜਿਹੜਾ ਜੋ ਕੰਮ ਇਹ ਜਿਹੜਾ ਜੈਨਮ ਕੰਮ ਹੈ ਜ਼ਰੂਰ ਕਰੂ ਤੁਹਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਤੁਹਾਡੀ ਜਿਹੜੇ ਵੀ ਜਿੰਨੇ ਵੀ ਵਾਅਦੇ ਕੀਤੇ ਗਏ ਆ ਪੂਰੇ ਕਰਨਗੇ ਹੁਣ ਉਹਨਾਂ ਨੇ ਸਾਡੇ ਮੁਤਾਬਕ 10 ਦਿਨ ਦਾ ਟਾਈਮ ਦੇ ਦਿੱਤਾ ਕਿ 10 ਦਿਨ ਬਾਅਦ ਹਾਲਾਤ ਸੁਧਰਨਗੇ ਕੰਮ ਵੈਸੇ ਸ਼ੁਰੂ ਕੀਤਾ ਹੈ ਉਹਨਾਂ ਨੇ ਨਾ ਅਸੀਂ ਦੇਖ ਸਕਦੇ ਆ ਅੱਜ ਤੋਂ ਬੜੀ ਦੂਰ ਤੋਂ ਪੈਪ ਦੇ ਹੋ ਗਏ ਆ वादे खोखले निकले ना होया काम तेजी फिर आवाज चुकोगे अपनी देखो यही गल सुनो पिछले सरकारा ने मतलब लोग कह के थक गए अक गए लोगों की उन्होंने आवाज नहीं सुनिया नहीं ਅਨਗੋਲ ਕਰ ਦਿੱਤਾ ਲੰਬੇ ਸਮੇਂ ਤੋਂ ਸਰਕਾਰਾਂ ਬਣਦੀ ਆ ਰਹੀਆਂ ਉਹਨਾਂ ਨੇ ਸੋਚਿਆ ਨਹੀਂ ਲੇਕਿਨ ਸਾਡੀ ਸਰਕਾਰ ਦਾ ਇੱਕੋ ਹੀ ਇਹ ਉਹਨਾਂ ਦਾ ਨਿਯਮ ਆ ਜੋ ਗੱਲਾਂ ਕਹੀਆਂ ਜੋ ਵਾਅਦੇ ਕੀਤੇ ਆ ਉਹ ਜ਼ਰੂਰ ਪੂਰੇ ਕਰਨਗੇ ਅਸੀਂ ਆਪਣੀ ਆਵਾਜ਼ ਬਲਕਾਰ ਸਿੰਘ ਨਾਲ ਵੀ ਇਹਦੇ ਗੱਲ ਕੀਤੀ ਹੋਈ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਤੇ ਅਸੀਂ ਆਪਣੇ MLA ਸਾਹਿਬ ਨੂੰ ਇਹ ਕਹਾਂਗੇ ਤੁਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਇਸ ਮੁੱਦੇ ਨੂੰ ਆਪਣੇ ਪ੍ਰਧਾਨ ਮੰਤਰੀ ਜੋ ਵੀ ਸਰਕਾਰ ਦੀ ਸੰਸਥੀ ਆ ਰਹੀ ਹੈ ਉਹਨਾਂ ਦਾ आम जनता नुकसान परेशानी होती है इस काम जल्दी निपड़े चला जाए ता जो लोग राहत मिले लोग जरा अपने कोई दुर्घटना होंगी उस बचन ये जी मिट्टी उड़ती है भी नुकसान होंगे आ ਅਸੀਂ ਖੁਦ ਆਪ ਦੁਕਾਨਦਾਰ ਹੀ ਆਮ ਆਦਮੀ ਪਾਰਟੀ ਸੇਵਾਦਾਰ ਆ ਤੇ ਇਹਨੂੰ ਜਲਦੀ ਤੋਂ ਜਲਦੀ ਮਤਲਬ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਜੀ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਸੀ ਮੌਜੂਦ ਸੀ ਨੂਰਪੁਰ ਪਿੰਡ ਦੇ ਵਿੱਚ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜੋ ਕਿ ਪੀੜਤ ਨੇ ਜਿਨ੍ਹਾਂ ਦੇ ਮੁਤਾਬਿਕ ਕਾਫੀ ਲੰਬੇ ਸਮੇਂ ਤੋਂ ਲਗਭਗ 10 ਸਾਲ ਤੋਂ ਇਹ ਇਸੇ ਪ੍ਰੋਬਲਮ ਦੇ ਨਾਲ ਜੂਝ ਰਹੇ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਬੁਰੀ ਤਰ੍ਹਾਂ ਦੇ ਨਾਲ ਤੇ ਉਹਨਾਂ ਦੇ ਆਉਣੇ ਜਾਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਐਕਸੀਡੈਂਟਸ ਜੋ ਨੇ ਨਿਤ ਨਵੇਂ ਆਏ ਦਿਨ ਹੀ ਹੁੰਦੇ ਨੇ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਸੱਟਾਂ ਝੂਟਾਂ ਲੱਗ ਜਾਂਦੀਆਂ ਨੇ ਜੇਕਰ ਗੱਲ ਮੀਂਹ ਦੇ ਦਿਨਾਂ ਦੀ ਉਸ ਵਕਤ ਵੀ ਕਾਫੀ ਜ਼ਿਆਦਾ ਜੋ ਨੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇਸ ਟੁੱਟੇ ਰਸਤੇ ਉੱਤੇ ਟੁੱਟੇ ਜਾਣਾ ਗੋਡੇ ਗੋਡੇ ਪਾਣੀ ਖੜਾ ਹੋ ਜਾਂਦਾ ਹੈ ਇੱਥੇ ਹਾਲਾਤ ਕਾਫੀ ਜ਼ਿਆਦਾ ਬਦਤਰ ਨੇ ਪਰੰਤੂ ਆਮ ਲੋਕਾਂ ਨਾਲ ਜੋ ਗੱਲਬਾਤ ਕੀਤੀ ਉਹਨਾਂ ਦੇ ਮੁਤਾਬਿਕ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਵਾਇਆ ਗਿਆ ਹੈ ਕਿ ਜਲਦ ਤੋਂ ਜਲਦ ਜੋ ਸੜਕ ਹੈ ਉਸਦਾ ਨਿਰਮਾਣ ਕਰ ਦਿੱਤਾ ਜਾਵੇਗਾ ਉਮੀਦ ਹੈ ਕਿ ਇਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇਗੀ ਚਾਹੇ ਪੰਜਾਬੀ ਬੁਲਟਨ ਦੇ ਜ਼ਰੀਏ ਪਹੁੰਚੇ ਇਹਨਾਂ ਦੇ ਜਿੰਨੇ ਵੀ
ਸਮੱਸਿਆਵਾਂ ਨੇ ਉਹਨਾਂ ਦਾ ਹੱਲ ਜਲਦ ਤੋਂ ਜਲਦ ਹੋਵੇਗਾ। ਤਾਜ਼ਾ ਅਪਡੇਟ ਜਾਣਨ ਦੇ ਲਈ ਬਣੇ ਰਹੋ ਪੰਜਾਬੀ ਬੁਲਟਨ ਦੇ ਨਾਲ।